ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸ਼ਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਜੀ ਨੇ ਮੇਰੇ ਨਾਲ ਬੈਠੇ ਨੇ ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋਅ ਥੈਂਕ ਯੂ ਸੋ ਮੱਚ ਜੀ ਡਾਕਟਰ ਸਾਹਿਬ ਅੱਜ 11 ਜੂਨ 2015 28 ਜੀ 8 ਨੰਨੂਸ਼ਾਹੀ ਸੰਮਤ 547 ਦਾ ਦਿਨ ਹੈ ਦੇਖੋ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਮੇਨ ਇਸ਼ੂਜ਼ ਨਾਲ ਕੀ ਹਨ ਅੱਜ ਦੇ ਮੇਨ ਇਸ਼ੂਜ਼ ਅਹ ਦੇਖੋ ਅੱਜ ਜਿਹੜੀ ਅਹ ਗੱਲ ਪ੍ਰੋਮੀਨੈਂਟਲੀ ਮੀਡੀਆ ਚ ਆਈ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਉਹਨਾਂ ਨੂੰ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਜੀ ਉਹਨਾਂ ਦੇ ਲਈ ਇੱਕ ਜਿਹੜਾ ਸਪੈਸ਼ਲ ਸੈੱਲ ਹੈ ਜਿਹਦੇ ਨਾਲ ਇੱਕ ਹੋਰ ਨੂੰ ਵੀ ਰੱਖਿਆ ਜਾਣਾ ਉਸ ਨੂੰ ਵੀ ਤਿਆਰ ਕੀਤਾ ਗਿਆ ਹੈ ਔਰ ਜੇਲ੍ਹ ਦੇ ਹਸਪੀਟਲ ਦੇ ਵਿੱਚ ਵੀ ਜਿਹੜਾ ਇੱਕ ਕਮਰਾ ਜਿਹੜਾ ਉਹਨਾਂ ਦੇ ਲਈ ਰੱਖਿਆ ਜਾ ਰਿਹਾ ਹੈ ਔਰ ਆਲਰੇਡੀ ਜਦੋਂ ਤੱਕ ਅਸੀਂ ਗੱਲਬਾਤ ਕਰ ਰਹੇ ਹਾਂ ਸੰਭਵ ਹੈ ਕਿ ਦਿੱਲੀ ਤੋਂ ਉਹਨਾਂ ਦਾ ਅੰਮ੍ਰਿਤਸਰ ਸ਼ਿਫਟ ਹੋਣਾ ਸੰਭਵ ਹੋ ਗਿਆ ਹੋਵੇ ਜੀ ਸੋ ਲੇਕਿਨ ਇਹ ਸਰਟਨ ਹੈ ਕਿ ਉਹਨਾਂ ਨੂੰ ਅੰਮ੍ਰਿਤਸਰ ਲਜਾਇਆ ਜਾ ਰਿਹਾ ਹੈ ਔਰ ਬੇਸ਼ੱਕ ਕੱਲ ਅਸੀਂ ਪਾਸਿੰਗ ਰੈਫਰੈਂਸ ਦੇ ਵਿੱਚ ਇਸ ਖਬਰ ਨੂੰ ਵੀ ਸ਼ੇਅਰ ਕੀਤਾ ਸੀ ਕਿ ਕਿਵੇਂ ਪੰਜਾਬ ਸਰਕਾਰ ਅੱਠ ਹੋਰ ਜਿਹੜੇ ਸਿੰਘ ਪਾਰਤ ਦੇ ਅੱਡੜ ਸੂਬਿਆਂ ਦੀਆਂ ਜੇਲਾਂ ਚ ਨੇ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਚ ਟਰਾਂਸਫਰ ਕਰਨ ਦੇ ਲਈ ਐਕਟੀਵਿਟੀ ਕਰ ਰਹੀ ਹੈ ਸੋ ਅੱਜ ਬੀਜੇਪੀ ਦਾ ਪਹਿਲਾ ਰਿਐਕਸ਼ਨ ਸਾਹਮਣੇ ਆਇਆ ਕਿ ਉਹਨਾਂ ਦੇ ਪ੍ਰਧਾਨ ਕਮਲਨਾਥ ਨਈ ਇਸ ਗੱਲ ਨੂੰ ਅਪੋਜ਼ ਕੀਤਾ ਉਹਨੇ ਕਿਹਾ ਜੀ ਸਾਨੂੰ ਬਿਲਕੁਲ ਪ੍ਰੋਸੈਸ ਚ ਨਹੀਂ ਲਿਆ ਗਿਆ ਜੀ ਔਰ ਇਹ ਜਿਹੜਾ ਅਸੀਂ ਇਸ ਦੇ ਨਾਲ ਸਹਿਮਤ ਨਹੀਂ ਇਸ ਤੋਂ ਇਲਾਵਾ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਔਰ ਪੰਜਾਬ ਦੇ ਕਾਤਲ ਮੁੱਖ ਮੰਤਰੀ ਬੈਂਤੇ ਦੇ ਪੋਤੇ ਰਵਨੀਤ ਬਿੱਟੂ ਨੇ ਵੀ ਜਿਹੜੀ ਹੈ ਕੱਲ ਸਟੇਟਮੈਂਟ ਦਿੱਤੀ ਜਿਹੜੀ ਅੱਜ ਦੇ ਮੀਡੀਆ 'ਚ ਆਈ ਹੈ ਉਹਨਾਂ ਨੇ ਪ੍ਰੋਫੈਸਰ ਪੁੱਲਰ ਨੂੰ ਅੰਮ੍ਰਿਤਸਰ ਸ਼ਿਫਟ ਕਰਨ ਦੇ ਖਿਲਾਫ ਜਿਹੜੀ ਹੈ ਉਹ ਲਾਈਨ ਲਈ ਜੀ ਹੁਣ ਇਹ ਸਾਰੇ 'ਚੋਂ ਅਸੀਂ ਅੱਜ ਵੀ ਪੰਜਾਬ 'ਚ ਵੀ ਵਿਚਾਰਾਂ ਚੱਲ ਰਹੀਆਂ ਐਸੀ ਕੁਝ ਜਿਹੜੇ ਇਨਸਾਈਡਰ ਨੇ ਕਿ ਇਹ ਸਾਰਾ ਮੂਵ ਕੀ ਹੈ ਔਰ ਅਸੀਂ ਬੇਸ਼ੱਕ ਅ ਜਸ ਸਿੰਘ ਉਹਨਾਂ ਦੀ ਪ੍ਰੋਫੈਸਰ ਪੁੱਲਰ ਦੀ ਸਿੰਘਣੀ ਨਵਨੀਤ ਕੌਰ ਔਰ ਪਰਵਾਰਕ ਪਖ ਤੋਂ ਦੇਖੀਏ ਤੇ ਜ਼ਾਹਰ ਹੈ ਕਿ ਉਹਨਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਹੈ ਅਸੀਂ ਵੀ ਇਸ ਗੱਲ ਦੇ ਉੱਤੇ ਸਮਝਦੇ ਹਾਂ ਵੀ ਇਹ ਮੁੱਢਲਾ ਹੱਕ ਹੈ ਇਹ ਕੋਈ ਕੰਸੈਸ਼ਨ ਨਹੀਂ ਹੈ ਜਾਂ ਕੋਈ احਸਾਨ ਨਹੀਂ ਕੀਤਾ ਹੈ ਬਾਦਲ ਨੇ ਜਾਂ ਉੱਥੋਂ ਦੇ ਸਿਸਟਮ ਨੇ ਇਹ ਸੁਪਰੀਮ ਕੋਰਟ ਦੀ ਰੂਲਿੰਗ ਹੈ ਔਰ ਇੱਕ ਕਾਨੂੰਨੀ ਹੱਕ ਹੈ ਕਿ ਜਿਨ੍ਹਾਂ ਨੂੰ ਉਮਰ ਕੈ ਦੇ ਦਿੱਤੀ ਜਾਂਦੀ ਹੈ ਜੋ ਜਨਾਹ ਨੂੰ ਇਵਨ ਫਾਂਸੀ ਦੀ ਸਜ਼ਾ ਵੀ ਹੁੰਦੀ ਹੈ ਭਾਵੇਂ ਕ੍ਰਾਈਮ ਕਿਤੇ ਵੀ ਹੋਇਆ ਹੋਵੇ ਜੀ ਉਹਨਾਂ ਨੂੰ ਉਹਨਾਂ ਦੇ ਘਰ ਦੇ ਨੇੜੇ ਦੀ ਜੇਲ੍ਹ ਦੇ ਵਿੱਚ ਜਿਹੜਾ ਉਹ ਭੇਜਿਆ ਜਾਂਦਾ ਹੈ ਲੇਕਿਨ ਇਸ ਮਾਮਲੇ 'ਚ ਜਿਹੜਾ ਹੁਣ ਇਸ ਗੱਲ ਦਾ ਕ੍ਰੈਡਿਟ ਬਾਦਲ ਹੁਣ ਵੀ ਲਏਗਾ ਕਿਉਂਕਿ ਜਿਸ ਕਿਸਮ ਦਾ ਪ੍ਰੈਸ਼ਰ ਬਿਲਟ ਹੋ ਰਿਹਾ ਹੈ ਸਿਕੋਂ ਦੇ ਅੰਦਰ ਔਰ ਖਾਸ ਤੌਰ ਤੇ ਪੰਜਾਬ 'ਚ ਜਿਵੇਂ ਹੁਣ ਬਾਦਲ ਦਾ ਗਰਾਫ ਥੱਲੇ ਨੂੰ ਜਾ ਰਿਹਾ ਹੈ ਗੁੰਡਾਗਰਦੀ ਦੀਆਂ ਕਟਾਵਾਂ ਆਰਬਿਟ ਬਸ ਕਾਂਡ ਔਰ ਹੋਰ ਸਾਰੇ ਵੀ ਕਿਉਂਕਿ ਸਿੱਖ ਮੁੱਦੇ ਤੋਂ ਤਾਂ ਇਹ ਪਕੌੜੇ ਹੀ ਰਹੇ ਨੇ ਜੀ ਔਰ ਮੋਸਟ ਲਾਈਕਲੀ ਅਗਲੇ ਸਾਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਡਿਊ ਨੇ ਸੁਪਰੀਮ ਕੋਰਟ ਦੇ ਫੈਸਲੇ ਥੱਲੇ ਔਰ ਆਲਰੇਡੀ ਨਰਿੰਦਰ ਮੋਦੀ ਨੇ ਜਿਹੜਾ ਗੁਰਦੁਆਰਾ ਚੋਣ ਕਮਿਸ਼ਨ ਦੇ ਨਾਲ ਰਿਲੇਟਡ ਪਾਵਰ ਸੀ ਉਹਨੇ ਪ੍ਰਾਈਮ ਮਿਨਿਸਟਰ ਬਣਦੇ ਹੀ ਪਹਿਲੇ ਕੁਝ ਹਫ਼ਤਿਆਂ ਦੇ ਵਿੱਚ ਹੀ ਲੈ ਲਈਆਂ ਸੀ ਸੋ ਇਉਂ ਲੱਗਦਾ ਹੈ ਕਿ ਬਾਦਲ ਜਿਹੜਾ ਆਉਣ ਵਾਲੇ ਸਾਲ ਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਵੀ ਉਹਦੀ ਨਿਗਾਹ 'ਚ ਨੇ ਔਰ 2017 ਦੇ ਵਿੱਚ ਪੰਜਾਬ اسمبلی ਦੀਆਂ ਚੋਣਾਂ ਵੀ ਔਰ ਇਸ ਵੇਲੇ ਬੀਜੇਪੀ ਆਪਣੀ ਪੂਰੀ ਕਿਲਾਬੰਦੀ ਕਰ ਚੁੱਕੀ ਹੈ ਜਿਸ ਤਰੀਕੇ ਨਾਲ ਧਰ ਤਲੂਕਾਰਾ ਹਫਤੇ ਦੇ ਮੌਕੇ ਦੇ ਉੱਤੇ ਬੀਜੇਪੀ ਨੇ ਜਿਹੜੀ ਪੋਲਰਾਈਜ਼ ਕਰਨ ਵਾਲੀ ਲਾਈਨ ਲਈ ਲੁਧਿਆਣਾ ਹੋਏ ਉਹਨਾਂ ਦੀ ਸ਼ਿਵ ਸੈਨਾ ਹੋਏ ਔਰ ਜੰਮੂ ਚ ਜਿਸ ਕਿਸਮ ਦੀ ਬਿਆਨਬਾਜ਼ੀ ਬੀਜੇਪੀ ਦਾ ਜਿਹੜਾ ਸਰਕਾਰ ਦੇ ਵਿੱਚ ਡਿਪਟੀ ਮੁੱਖ ਮੰਤਰੀ ਹੈ ਉਨੇ ਬਿਆਨਬਾਜ਼ੀ ਕੀਤੀ ਤੇ ਰਾਜੀ ਮੈਂ ਦੇਖ ਰਿਆ ਸੀ ਖਬਰ ਕਿ इवन ਜੰਮੂ ਦੇ ਵਿੱਚ ਕੁਝ ਸਿੱਖ ਨੌਜਵਾਨਾਂ ਦੇ ਖਿਲਾਫ ਕੇਸ ਵੀ ਰਜਿਸਟਰ ਕਰ ਲਏ ਗਏ ਨੇ ਜੀ ਔਰ ਜਿਹੜੇ ਨਾਲ ਨੇ ਸਮਝੌਤਾ ਕੀਤਾ ਸੀ ਐਡਮਿਨਿਸਟ੍ਰੇਸ਼ਨ ਦੇ ਨਾਲ ਉਹਨਾਂ ਦਾ ਵੀ ਕਹਿਣਾ ਹੈ ਸਿੱਖਾਂ ਦਾ ਕਿ ਵੀ ਇਹ ਸਰਕਾਰ ਨੇ ਬਿਲਕੁਲ ਸਮਝੌਤੇ ਨੂੰ ਤੋੜਿਆ بجائے ਕਿ ਇਸ ਦੀ ਕਾਨੂੰਨੀ ਜਾਂਚ ਕਰਵਾਈ ਜਾਏ ਜਿਹੜੀ ਗੱਲ ਮੰਨੀ ਗਈ ਸੀ ਇਸ ਦੇ ਉਲਟ ਜਾ ਕੇ ਉਹਨਾਂ ਨੇ ਜਿਹੜਾ ਉਹ ਕੇਸ ਰਜਿਸਟਰ ਕੀਤੇ ਨੇ ਹਾਲਾਂਕਿ ਉਸ ਆਪਣੇ ਭਾਈ ਜਿਹਨੂੰ ਅਸੀਂ ਬੇਸ਼ੱਕ ਜਗਜੀਤ ਸਿੰਘ ਕਹਿੰਦੇ ਆ ਪਰ ਅੱਜ ਜੀ ਮੈਨੂੰ ਕੋਈ ਕਰੈਕਟ ਕਰਵਾ ਰਿਹਾ ਸੀ ਕਿ ਜੇ ਉਹਨਾਂ ਦਾ ਨਾਮ ਜਸਜੀਤ ਹੈ ਉਹਨ ਕੇਵਰੀ ਨਾਂ ਹੀ ਜਿਹੜਾ ਮੀਡੀਆ ਚ ਚੱਲ ਪੈਂਦਾ ਉਹੀ ਚੱਲਦਾ ਸੋ ਉਹਨਾਂ ਦੀ ਅੰਤਮ ਅਰਦਾਸ ਵੀ ਦੋ ਦਿਨ ਬਾਅਦ ਹੋਣੀ ਹੈ ਤੇ ਉਸ ਸੰਬੰਧੀ ਵੀ ਕਾਫੀ ਐਕਟੀਵਿਟੀ ਹੈ ਔਰ ਮੈਨੂੰ ਇਹ ਫੀਅਰ ਹੈ ਔਰ ਮੈਂ ਜਿਹੜੇ ਉੱਥੇ ਮੇਨ ਆਰਗੇਨਾਈਜ਼ਰ ਔਰ ਇੱਥੇ ਵੀ ਜਿਹੜੇ ਉਹਨਾਂ ਦੀ ਨਾਲ ਰਾਸਤੇ 'ਚ ਨੇ ਉਹਨਾਂ ਨੂੰ ਇੱਕ ਖਦਸ਼ਾ ਜ਼ਾਰ ਕੀਤਾ ਸੀ ਕਿ ਜਿਸ ਤਰੀਕੇ ਨਾਲ ਉੱਥੋਂ ਬੜਾ ਸਟਰੋਂਗ ਮੈਸੇਜ 6 ਜੂਨ ਨੂੰ ਗਿਆ ਜੀ ਉਸ ਤੋਂ ਵੀ ਵੱਡਾ ਇਕੱਠ ਜਿਹੜਾ ਇਸ ਅੰਤਮ ਅਰਦਾਸ ਤੇ ਮੌਕੇ ਤੇ ਹੋਣਾ ਸਾਰਿਆਂ ਨੇ ਜਿਹੜਾ ਉੱਥੇ ਪਹੁੰਚਣ ਦੀ ਲਾਈਨ ਲਈ ਹੋਈ ਹੈ ਜਿਵੇਂ ਈਵਨ ਸ਼੍ਰੋਮਣੀ ਕਮੇਟੀ ਵੀ ਜਿਹੜੀ ਹੈ 5 ਲੱਖ ਰੁਪਏ ਅਨਾਉਂਸ ਕੀਤਾ ਹੈ ਜਾਂ ਉੱਥੇ ਦੇਣਗੇ ਬਾਕੀ ਸਾਡੀਆਂ ਤਰ੍ਹਾਂ ਤਾਂ ਜਾਣ ਗਿਆ ਹੀ ਇਹ ਵੀ ਹੈ ਕਿ ਬਾਦਲਦਾਲ ਦੇ ਲੋਕ ਹੋ ਸਕਦਾ ਹੈ ਜਥੇਦਾਰ ਅਕਾਲ ਤਖਤ ਵੀ ਔਰ ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਜਾਏ ਸੋ ਜ਼ਾ ਰ ਹੈ ਕਿ ਵੀ ਜਵੇਂ ਹਰ ਮੌਕੇ ਦੇ ਉੱਤੇ ਜਿਸ ਜਸਪਾਲ ਸਿੰਘ ਸ਼ਹੀਦ ਹੋਏ ਗੁਰਦਾਸਪੁਰ ਚ ਇਹਨਾਂ ਦੇ ਪੁਲਿਸਿਆ ਨੇ ਮਾਰੇ ਔਰ ਜਿਸ ਤਰੀਕੇ ਦੇ ਨਾਲ ਜਿਹੜਾ ਫਾਈਨਲ ਸ਼ੋ ਸੀ ਜਿਹਦੇ ਚ ਕੋਈ ਰਿਜ਼ੈਂਟਮੈਂਟ ਦੇ ਤੌਰ ਦੇ ਉੱਤੇ ਕੋਈ ਪੋਜ਼ਿਟਿਵ ਮੂਵਮੈਂਟ ਨਿਕਲਣੀ ਸੀ ਉਹਨੂੰ ਇਹਨਾਂ ਧਾਰਮਿਕ ਲੋਕਾਂ ਦੇ ਨੂੰ ਅੱਗੇ ਕਰਕੇ ਬਾਦਲ ਨੇ ਨਿਊਟਰਲਾਈਜ਼ ਕਰ ਦਿੱਤਾ ਹੁਣ ਇਹੀ ਕਹਾਣੀ ਜੰਮੂ ਦੇ ਵਿੱਚ ਜੇ ਇਹ ਕਰਨ ਦੀ ਕੋਸ਼ਿਸ਼ ਕਰਨਗੇ ਤੇ ਜਿੰਨਾ ਮੈਂ ਜੰਮੂ ਕਸ਼ਮੀਰ ਦੇ ਸਿੱਖਾਂ ਨੂੰ ਜਾਣਦਾ ਹਾਂ ਜੇ ਖਾਸ ਤੌਰ ਤੇ ਨੌਜਵਾਨਾਂ ਦਾ ਜੋ ਪਿਛਲੇ ਇੱਕ ਹਫਤੇ ਦੇ ਵਿੱਚ ਅਸੀਂ ਦੇਖਿਆ ਉਹ ਇਹਨੂੰ ਰਜਿਸਟ ਕਰਨਗੇ ਇਸ ਕਿਸਮ ਦਾ ਕਿਸੇ ਵੀ اٹੈਂਪਟ ਜੀ ਜਿਹੜਾ ਹੈ ਔਰ ਉਹਦੇ ਵਿੱਚ ਕੋਈ ਟਕਰਾਅ ਦੀ ਸੰਭਾਵਨਾ ਵੀ ਹੋ ਸਕਦੀ ਹੈ ਸਟੇਜ ਤੇ ਗਰਬੜ ਵੀ ਏਜੰਸੀਆਂ ਕਰਵਾਉਣ ਦੀ ਲਾਈਨ ਰੱਖ ਸਕਦੀਆਂ ਔਰ ਏਜੰਸੀਆਂ ਦੇ ਬੰਦੇ ਵੱਡੀ ਗਿਣਤੀ ਦੇ ਵਿੱਚ ਉੱਥੇ ਹੋਣਗੇ ਜਿਹੜੇ ਇਹ ਪ੍ਰਭਾਵ ਨਹੀਂ ਦੇਣਾ ਚਾਣਗੇ ਕਿ ਉਸ ਇਕੱਠ ਚੋਂ ਜਾਏ ਕਿ ਇਨੀ ਵੱਡੀ ਗਿਣਤੀ ਵਿੱਚ ਜਿਹੜੇ ਨੇ ਉਹ ਖਾਲਿਸਤਾਨ ਜ਼ਿੰਦਾਬਾਦ ਕਰ ਰਹੇ ਨੇ ਜਾ ਉਹਨਾਂ ਦਾ ਰੋ ਜਿਹੜਾ ਉਹ ਸਿੱਖਾਂ ਦੀ ਕਲੈਕਟਿਵਿਟੀ ਦੇ ਰੂਪ ਚ ਨਿਕਲੇ ਸੋ ਮੈਂ ਸਮਝਦਾ ਹਾਂ ਵੀ ਬਾਦਲ ਦੇ ਔਰ ਬਿਨਾ ਭਾਵਕ ਹੋਇਆ ਮੈਂ ਇਹ ਗੱਲ ਕਹਿ ਰਿਹਾ ਮੈਨੂੰ ਪਤਾ ਹੈ ਵੀ ਹਮੇਸ਼ਾ ਵਾਂਗ ਜਿਹੜੇ ਵੀਰ ਭੈਣਾ ਭਾਵਕ ਹੁੰਦੇ ਨੇ ਉਹ ਸਾਡ ਨੂੰ ਇਸ ਗੱਲ ਦੇ ਲਈ ਵੀ ਨਿੰਦਣਗੇ ਕਿ ਅਜੀ ਦੇਖੋ ਬੰਦੇ ਛੁੱਟ ਰਹੇ ਸੀ ਬੰਦੇ ਪੰਜਾਬ ਆ ਰਹੇ ਸੀ ਇਹਨਾਂ ਦਾ ਕੀ ਹੈ ਪਹਿਲਾਂ ਇਹ ਮੰਗ ਕਰਦੇ ਨੇ ਛੱਡੋ ਜੀ ਜੇ ਹੁਣ ਨੇੜੇ ਲਿਆ ਰਹੇ ਨੇ ਤਾਂ ਉਹਦਾ ਵੀ ਵਿਰੋਧ ਕਰ ਰਹੇ ਨੇ ਪਰ ਮੈਂ ਤਾਂ ਮੇਰਾ ਇੱਕ ਫਰਜ਼ ਹੈ ਇੱਕ ਚੌਂਕੀਦਾਰ ਹੋਣ ਦੇ ਨਾਤੇ ਜੈਂ ਕੁਝ ਮੁੱਦੇ ਨੇ ਜਿਨ੍ਹਾਂ 'ਚ ਮੈਂ ਵੀ ਭਾਵਕ ਹੁੰਦਾ ਪਰ ਫਿਰ ਵੀ ਜਿੰਨੀ ਇੱਕ ਸੋਜੀ ਇਹ ਸਾਰੇ ਸਮੇਂ 'ਚ 30 40 ਸਾਲ ਦੀ ਪੰਥਕ ਲਾਈਫਸ ਜਾਂ ਪਿਛਲਿਆਂ ਦੇ ਔਰ ਇਮੋਸ਼ਨਲ ਡਿਸੀਜਨਸ ਨੂੰ ਦੇਖ ਕੇ ਮੈਂ ਲਈਏ ਉਸ ਤੋਂ ਮੈਂ ਸਮਝਦਾ ਕਿ ਇਹ ਸੱਚ ਸੁਣਾਏ ਸੀ ਸੱਚ ਕੀ ਬੇਲਾ ਇਹ ਠੀਕ ਹੁੰਦਾ ਹੈ ਜੀ ਭਾਵੇਂ ਕਿਸੇ ਨੂੰ ਕੋੜਾ ਕੋੜਾ ਲੱਗੇ ਤੇ ਜਾਂ ਪੰਜਾਬੀ 'ਚ ਕਹਿੰਦੇ ਨੇ ਕਿ ਕਿਸੇ ਦੇ ਗੋਡੇ ਲੱਗੇ ਗਿੱਟੇ ਲੱਗੇ ਪਰ ਸੱਚ ਸਾਚੀ ਹੁੰਦਾ ਔਰ ਕਹਿ ਦੇਣਾ ਚਾਹੀਦਾ ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਬਾਦਲ ਕਾਗ ਲੋਮੜੀ ਔਰ ਜਿਹੜਾ ਕਛੂਕਮੇ ਦੀ ਤਰ੍ਹਾਂ ਬਣਿਆ ਹੁੰਦਾ ਹੈ ਪਰ ਦਿਮਾਗ ਇਹਦਾ ਜਿਹੜਾ 100 ਲੋਮੜੀਆਂ ਜਿਹੜਾ ਵਾਂਗ ਨਾਲੋਂ ਵੀ ਤੇਜ਼ ਚੱਲਦਾ ਸੋ ਇਹ ਹੁਣ ਉਹ ਥਾਂ ਲੱਭ ਰਿਹਾ ਹੈ ਕਿ ਇੱਕ ਪਾਸਿਓਂ ਜੇ ਠੁੱਡ ਵਜਣਾ ਕਿਉਂਕਿ ਸੈਂਟਰ ਨੇ ਕੋ ਪੈਕੇਜ ਵੀ ਨਹੀਂ ਦਿੱਤਾ ਕਹੇ ਤਾਂ ਜੀ ਪੰਜਾਬ ਬੜਾ ਪ੍ਰੋਸਪਰਸ ਸੂਬਾ ਹੈ ਔਰ ਕਿਸੇ ਵੀ ਤਰੀਕੇ ਦੇ ਨਾਲ ਉਹ ਜੋ ਬਿਆਨਬਾਜ਼ੀਆਂ ਚੱਲ ਰਹੀਆਂ ਹਨ ਔਰ ਪੰਜਾਬ ਜਿਵੇਂ ਅਮਿਤ ਸ਼ਾ ਆਇਆ ਜੀ 117 ਹਲਕਿਆਂ ਚ ਕਮਲ ਦੇ ਫੁੱਲ ਖੜਾ ਦਿਓ ਜੀ ਸੋ ਇਹ ਇਹਨੂੰ ਫੀਅਰ ਹੈ ਔਰ ਸਿੱਖ ਅਜੈਂਡਾ ਜਿਹੜਾ ਇਹ ਛੱਡ ਚੁੱਕਾ ਹੈ ਅਕਾਲੀ ਦਾ ਲੰਬੇ ਸਮੇਂ ਤੋਂ ਉਹ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਣ ਦੇ ਲਈ ਇਸ ਸਾਰੀ ਲਾਈਨ ਨੂੰ ਜਿਹੜਾ ਬਾਦਲ ਨੇ ਐਗਰੈਸਿਵਲੀ ਲਿਆ ਹਾਲਾਂਕਿ ਜਿਵੇਂ ਅਸੀਂ ਪਹਿਲਾਂ ਵੀ ਪੁੱਛਿਆ ਸੀ ਵੀ ਇੰਨੇ ਸਾਲਾਂ ਤੋਂ ਇਹ ਐਕਸ਼ਨ ਪਹਿਲਾਂ ਕਿਉਂ ਨਹੀਂ ਲਿਆ ਗਿਆ ਜੇ ਇੰਨਾ ਹੀ ਹੈ ਔਰ ਇਹੀ ਪੰਜਾਬ ਸਰਕਾਰ ਹੈ ਜਦੋਂ ਸੁਮੇਤ ਸੈਣੀ ਨੂੰ ਤਿਹਾਰ ਜੇਲ ਨੇ ਅੰਮ੍ਰਿਤਸਰ ਪੇ ਜਣਦੀ ਅਜ਼ਾਦਤ ਮੰਗੀ ਸੀ ਤੇ ਇਹਨਾਂ ਨੇ ਕਿਹਾ ਸੀ ਬਹੁਤ ਖਤਰਨਾਕ ਹੱਤਵਾਦੀ ਹੈ ਔਰ ਪੰਜਾਬ ਦਾ ਅਮਨ ਕਾਨੂੰਨ ਭੰਗ ਹੋਏਗਾ ਹੁਣ ਅੱਜ ਉਹ ਕੀ ਹੈ ਜਿਹਦੇ ਕਰਕੇ ਇਹ ਕਰ ਰਹੇ ਨੇ ਔਰ ਦੂਸਰਾ ਪੱਖ ਮੈਂ ਸਮਝਦਾ ਹਾਂ ਵੀ ਇਸ ਸਾਰੇ ਦੇ ਨਾਲ ਈਵਨ ਜਿਹੜੀ ਇੱਕ ਮੂਵਮੈਂਟ ਭਾਈ ਸੁਰਤ ਸਿੰਘ ਖਾਲਸਾ ਜਿਨ੍ਹਾਂ ਦੀ ਕੁਰਬਾਨੀ ਦੀ ਅਸੀਂ ਸ਼ਲਾਘਾ ਕਰਦੇ ਹਾਂ ਉਹਨਾਂ ਵੱਲੋਂ ਰੱਖੇ ਵਰਸ ਦੇ ਨਾਲ ਬਣੀ ਹੋਈ ਹੈ ਇਹਦੇ ਵਿੱਚ ਵੀ ਇੱਕ ਡਿਵੀਜ਼ਨ ਪੈਦਾ ਹੋ ਜਾਏਗੀ ਜਦੋਂ ਪੁੱਲਰ ਆ ਗਿਆ ਦੂਜੇ ਹੋਂ ਦਾ ਵੇ ਹੋਣਗੇ ਬਹੁਤ ਸਾਰੇ ਉਹਨਾਂ ਨੂੰ ਅਪੀਲ ਕਰਨ ਗਿਆ ਕਿ ਜੀ ਹੋ ਗਿਆ ਆਧਿਕ ਮੰਗ ਮੰਨੀ ਗਈ ਹੋ ਸਕਦਾ ਹੈ ਉਹ ਆ ਕੇ ਜਦੋਂ ਆ ਜਾਂਦੇ ਨੇ ਉਹਨਾਂ ਨੂੰ ਪੈਰੋਲ ਦੇ ਉੱਤੇ ਵੀ ਛੱਡ ਦੇਣ 2-2 4-4 ਮਹੀਨੇ ਲਈ ਗੁੱਡਵਿਲ ਲੈਂਡ ਦੇ ਲਈ ਸੋ ਅਸੀਂ ਸਮਝਦੇ ਹਾਂ ਵੀ ਇਹ ਸਾਡਾ ਹੱਕ ਹੈ ਬੁਨਿਆਦੀ ਹੱਕ ਹੈ ਕੋਈ ਐਸਾਨ ਨਹੀਂ ਹੈ ਉਹਨਾਂ ਦੇ ਕਾਨੂੰਨ ਦੇ ਥੱਲੇ ਹੱਕ ਹੈ ਤੇ ਜੇ ਬਾਦਲ ਚੇਂਜਡ ਪ੍ਰੈਸ਼ਰ ਵਾਲੇ ਇਸ এনवायरमेंट ਚ ਉਹ ਕੰਸੈਸ਼ਨ ਦੰਦਾ ਵੀ ਹੈ ਤੇ ਵਿਸ਼ਣ ਦੀ ਲੋੜ ਨਹੀਂ ਹੈ ਉਹਦੇ ਸਾਹਮਣੇ ਔਰ ਉਹਦੀ ਜਿਹੜੀ ਜ਼ਹਿਨੀयत ਹੈ ਜਾਂ ਜਿਸ ਤਰੀਕੇ ਦੀ ਇਹਨਾਂ ਦੀਆਂ ਨੀਤੀਆਂ ਨੇ ਉਹਨਾਂ ਤੋਂ ਖਬਰਦਾਰ ਰਹਿਣ ਦੀ ਲੋੜ ਈ ਔਰ ਮੈਂ ਸਮਝਦਾ ਕਿ ਹੁਣ ਜਿਸ ਤਰ੍ਹਾਂ ਮੈਜੋਰਟੀ ਕਮੇਟੀ ਦਾ ਹਮੇਸ਼ਾ ਹੁੰਦਾ ਹੈ ਵੀ ਭਾਜਪਾ ਨੇ ਐਕਸਟ੍ਰੀਮ ਲਾਈਨ ਲਈ ਜੀ ਕਿ ਜੀ ਬਿਲਕੁਲ ਇਹ ਸਾਨੂੰ ਨਹੀਂ ਪੁੱਛਿਆ ਗਿਆ ਔਰ ਅਸੀਂ ਇਹਦੇ ਨਾਲ ਸਹਿਮਤ ਨਹੀਂ ਹੈ ਕਾਂਗਰਸੀ ਕਾਤਲ ਮੁੱਖ ਮੰਤਰੀ ਦੇ ਪੋਤੇ ਨੇ ਵੀ ਦੂਜੀ ਲਾਈਨ ਲਈ ਲੇਕਿਨ ਮਾਜਿਸਟ੍ਰੇਟ ਬਿਊਨ ਦਾ ਐਡੀਟੋਰੀਅਲ ਦੇਖ ਰਿਹਾ ਸੀ ਔਰ ਉਹਨੇ ਹੈਡਲਾਈਨ ਹੈ ਵਰਸ ਦਾ ਰਿਸਕ ਜੀ ਆ ਲਾਈਨ ਦਿਓ ਕੋਈ ਨਹੀਂ ਇਹ ਇਹ ਇੰਨਾ ਖਤਰਾ ਲਿਆ ਜਾ ਸਕਦਾ ਹੈ ਲੰਬਾ ਛੋੜਾ ਐਡੀਟোরੀਅਲ ਹੈ ਪਰ ਅਖੀਰਲੀ ਲਾਈਨ ਜਿੱਥੋਂ ਮੈਨੂੰ ਲੱਗਾ ਕਿ ਤੁਸੀਂ ਦੇਖੋ ਇਹ ਬਹੁ ਗਿਣਤੀ ਦੀ ਜ਼ਹਿਨੀयत ਕੀ ਹੈ ਅਖੀਰ ਦੇ ਵਿੱਚ ਕਹਿੰਦੇ देयर ਕੈਨ ਬੀ ਨੋ ਹਾਰਮ ਇਨ ਦਾ ਹੋਮ ਕਮਿੰਗ ਆਫ ਅ ਮੈਨ ਹੂ ਹੈ ਸਰਵਡ 30 ইয়ার্স অর ওয়ান হু ইজ Mentally unstable ਉਹਨੇ ਕਿਹਾ ਜੀ ਜਿਹੜਾ ਜਿਹੜਾ 30 ਸਾਲ ਹੁਣ ਰਹਿ ਗਿਆ ਬਾਹਰ ਮਤਲਬ ਨਕਮਾ ਹੋ ਚੁੱਕਾ ਹੈ ਉਹਦੇ ਆ ਵੀ ਜਾਂਦਾ ਹੈ ਜਾਂ ਜਿਹੜਾ Mentally sick ਹੈ ਉਹ ਆ ਵੀ ਜਾਂਦਾ ਕੀ ਫਰਕ ਪੈਂਦਾ ਸੋ ਅਸੀਂ ਸਮਝਦੇ ਹਾਂ ਕਿ ਜਿੱਥੇ ਅਸੀਂ ਵੈਲਕਮ ਕਰਦੇ ਹਾਂ ਕਿ ਵੀ ਦਵਿੰਦਰਪਾਲ ਸਿੰਘ ਪੁੱਲਰ ਇੱਥੇ ਆਏ ਨੇ ਉਹਨਾਂ ਨੂੰ ਕਿਹੜਾ ਇੱਥੇ ਕੋਈ ਚੰਗੀ ਟ੍ਰੀਟਮੈਂਟ ਉਹਨਾਂ ਨੇ ਪ੍ਰਾਈਵੇਟ ਸਾਡੀ ਤਾਂ ਇਹ ਸੌ ਡਿਮਾਂਡ ਰਹੀ ਹੈ ਕਿ ਵੀ ਉਹਨਾਂ ਨੂੰ ਫੌਰਨ ਛੱਡਿਆ ਜਾਏ ਆਲਰੇਡੀ ਉਹਨਾਂ ਦੇ ਉੱਤੇ ਝੂਠਾ ਕੇਸ ਪਾਕ ਹੈ ਸੈਲਫ ਕਨਫੈਸ਼ਨ ਤਾਂ ਉਹਨਾਂ ਨੂੰ ਫੜਿਆ ਸੀ ਔਰ ਉਹ ਬੈਸਟ ਟ੍ਰੀਟਮੈਂਟ ਦੇ ਲਈ ਉਹਨਾਂ ਨੂੰ ਈਵਨ ਬਾਹਰ ਜਾਣ ਦੀ ਬਾਹਰ ਆਉਣ ਦੀ ਆਗਿਆ ਦਿੱਤੀ ਜਾਏ ਕੈਨੇਡਾ ਅਮਰੀਕਾ ਤਾਂ ਕਿ ਉਹ ਤੰਦਰੁਸਤ ਹੋਣ ਅਸੀਂ ਉਹਨਾਂ ਦੀ ਸਿੰਗਣੀ ਸਾਹਿਬਾਂ ਦੇ ਨਾਲ ਵੀ ਪੂਰੀ ਹਮਦਰਦੀ ਕਰਦੇ ਹਾਂ ਔਰ ਉਹਨਾਂ ਦੇ ਸਦਕ ਦੇ ਵੀ ਦਾਤ ਦਿੰਦੇ ਹਾਂ ਉਹਨਾਂ ਦੇ ਪਰਿਵਾਰ ਦੀ ਵੀ ਜਿਸ ਤਰੀਕੇ ਨਾਲ ਉਹਨਾਂ ਦੇ ਬਿਰਧ ਮਾਤਾ ਜੀ ਔਰ ਬਾਕੀ ਪਰਿਵਾਰ ਨੇ ਕੰਸਿਸਟੈਂਟਲੀ ਇਸ ਲੜਾਈ ਨੂੰ ਲੜਿਆ ਪਰ ਅਸੀਂ ਸਮਝਦੇ ਹਾਂ ਕਿ ਵੀ ਇਹ ਬਾਦਲ ਕਿਆਂ ਨੂੰ ਔਰ ਇਹਨਾਂ ਜੱਥੇਦਾਰਾਂ ਨੂੰ ਅੱਗੇ ਲਾ ਕੇ ਜੰਮੂ ਵਾਲੀ ਇਨਸੀਡੈਂਟ ਜਿਹੜੀ ਭੋਗਵਾਲ ਹੈ ਇਹ ਸਾਰੇ ਤੋਂ ਜਿਹੜਾ ਉਹ ਖਬਰਦਾਰ ਹੋਣ ਦੀ ਲੋੜ ਹੈ ਜੀ ਅ ਦੂਸਰੀ ਗੱਲ ਜਿਹੜੇ ਇਹ ਸਾਰੇ ਦੇ ਵਿੱਚ ਮੈਂ ਸਮਝਦਾ ਆਂ ਵੀ ਭਾਰਤ ਦੀ ਤਰੱਕੀ ਦੇ ਹਵਾਲੇ ਨਾਲ ਅਕਸਰ ਰੌਲਾ ਪਾਇਆ ਜਾਂਦਾ ਹੈ ਕਿ ਜੀ ਆਰਥਿਕ ਤੌਰ ਤੇ ਬਹੁਤ ਅੱਗੇ ਨੇ ਉਹ ਤਾਂ ਪਹਿਲਾਂ ਹੀ ਅਸੀਂ ਜਿਹੜੀ ਪਿਛਲੇ ਦਿਨਾਂ ਅਸੀਂ ਡਿਸਕਸ ਕੀਤਾ ਸੀ ਕਿ ਯੂਨਾਈਟਿਡ ਨੇਸ਼ਨਸ ਦੀ ਫੂਡ ਨਾਲ ਸੰਬੰਧਿਤ ਆਰਗੇਨਾਈਜੇਸ਼ਨ ਦੀ ਰਿਪੋਰਟ ਸੀ ਕਿ ਕਿਵੇਂ ਦੁਨੀਆ ਦੇ ਲਗਭਗ 970 ਜਾਂ 80 ਮਿਲੀਅਨ ਭੁੱਖਿਆਂ 'ਚੋਂ ਕਲੋਜ਼ ਟੂ 200 ਮਿਲੀਅਨ ਕੱਲੇ ਭਾਰਤ 'ਚ ਨੇ ਟੌਪ ਰੈਂਕਿੰਗ ਹੈ ਹੁਣ ਜਦੋਂ ਆਈਟੀ ਸੈਕਟਰ ਦੀ ਗੱਲ ਹੁੰਦੀ ਹੈ ਭਾਰਤ ਦੀ এডਿਕੇਸ਼ਨ ਦੇ ਹਵਾਲੇ ਨਾਲ ਹੁੰਦਾ ਹੈ ਉਹ ਭਾਰਤ ਦੀ এডਿਕੇਸ਼ਨ ਦੁਨੀਆ ਦੀ ਯੂਨੀਵਰਸਿਟੀ ਕੋਈ ਨਹੀਂ ਇਹ ਸਾਡੀਆਂ ਆਈਆਈਟੀਜ਼ ਇਨਾ ਫਲਾਨ ਹੁਣ ਇੱਕ ਰਿਪੋਰਟ ਜਿਹੜੀ ਸਿਰਫ ਏਸ਼ੀਆ ਦੀਆਂ ਯੂਨੀਵਰਸਿਟੀਆਂ ਦੀ ਆਈ ਹੈ ਬਾਕੀਆਂ ਨਾਲ ਤਾਂ ਛੱਡੋ ਕਿ ਅਮਰੀਕਾ ਦੀ ਯੇਲ ਹਾਰਵਰਡ ਜਾਂ ਐਮਆਈਟੀ ਨਾਲ ਜਾਂ ਆਕਸਫੋਰਡ ਕੈਂਬਰੇਜ ਨਾਲ ਤਾਂ ਇਹਨਾਂ ਨੇ ਕੀ ਕੰਪਲੀਟ ਕਰਨਾ ਹੈ ਏਸ਼ੀਆ ਦੇ ਵਿੱਚ ਜਿਸ ਚੀਨ ਦੇ ਨਾਲੇ ਮੁਕਾਬਲਾ ਕਰਦੇ ਨੇ ਜੀ ਹੁਣ ਇਹ ਇਹਨਾਂ ਦੀ ਆਪਣੀ ਅਖਬਾਰ ਦੀ ਖਬਰ ਹੈ ਔਰ ਇਹ ਹੈਡਲਾਈਨ ਹੈ ਇੰਡੀਆ ਸਲਿਪਸ ਇਨ ਏਸ਼ੀਆ ਯੂਨੀਵਰਸਿਟੀ ਰੈਂਕਿੰਗਸ ਚਾਈਨਾ ਔਨ ਟਾਪ ਕਿ ਭਾਰਤ ਜਿਹੜਾ ਹੋਰ ਥੱਲੇ ਚ ਗਿਆ ਨੂੰ ਗਿਆ ਔਰ ਜਿਹੜੀਆਂ ਇਵਨ ਏਸ਼ੀਆ ਦੇ ਵਿੱਚ ਟੌਪ 10 ਯੂਨੀਵਰਸਿਟੀਆਂ ਜਿਹੜੀਆਂ ਡਿਕਲੇਅਰ ਕੀਤੀਆਂ ਨੇ ਉਹਨਾਂ ਦੇ ਵਿੱਚ ਭਾਰਤ ਦੀ ਕੋਈ ਵੀ ਯੂਨੀਵਰਸਿਟੀ ਨਹੀਂ ਹੈ ਇੰਡੀਆ ਹੈਜ਼ ਲੋਸਟ ਹੈਵिली ਇਨ ਦਾ ਲੇਟੈਸਟ ਏਸ਼ੀਆ ਯੂਨੀਵਰਸਿਟੀ ਰੈਂਕਿੰਗਸ ਆਫ ਟਾਈਮਜ਼ ਹਾਇਰ ਐਜੂਕੇਸ਼ਨ ਵਾਈਲ ਚਾਈਨਾ with the highest number of institution in asia's top 100 has replaced japan as the continent's higher education power house pehla japan si china jada unne japan nu vi piche tak ke is vele top te chala gaya ji hun inna 100 universities de vich jaddiyan top universities ne china has 21 universities 100 chon 21 asia diyan top universities china ch ne followed by japan japan diyan 19 universities ne ਸਾਊਥ ਕੋਰੀਆ ਛੋਟਾ ਜਿਹਾ ਮੁਲਕ ਹੈ ਉਹਨਾਂ ਦੀਆਂ 13 ਯੂਨੀਵਰਸਿਟੀਆਂ ਨੇ ਐਂਡ ਇੰਡੀਆ ਵਿਦ ਓਨਲੀ 9 ਪਿਛਲੇ ਸਾਲ 10 ਸੀਗੀਆਂ ਇਸ ਵਾਰੀ ਉਸ ਤੋਂ ਵੀ ਇੱਕ ਘਟ ਗਏ ਜੀ ਔਰ ਇਹ ਜਿਹੜਾ ਸਾਰਾ ਪਾਰਟ ਹੈ ਔਰ ਇਹਦੇ ਵਿੱਚ ਜਿਹੜਾ ਕਾਫੀ ਇੰਟਰਸਟਿੰਗ ਕਮੈਂਟ ਹੈ ਜਿਹੜਾ ਪੰਜਾਬ ਰੈਂਕਿੰਗ ਐਡੀਟਰ ਫਿਲ ਬੈਟਰੀ ਦਾ ਉਹਨੇ ਕਿਹਾ ਇਟਸ ਕਾਜ਼ ਫਰ ਕਨਸਰਨ ਥੈਟ ਇੰਡੀਆ ਹੈਜ਼ ਲੌਸਟ ਗਰਾਉਂਡ ਇਨ ਰੈਂਕਿੰਗਸ ਕਿ ਬਈ ਇਹ ਫਿਕਰ ਵਾਲੀ ਗੱਲ ਹੈ ਕਿ ਥੱਲੇ ਨੂੰ ਜਾ ਰਹੇ ਨੇ Their institutions that comfortably made to the top 100 list last year. Guwahati, Kanpur, Jadavpur have been ousted this time. universities yeah. the With the country's massive number of under-25s putting further pressure on educational resources, it is more crucial than ever that India invests in research and strengthens its academic links with other nations or face being left behind. ਕਬੀ ਜਿਹੜਾ ਕੰਪੀਟੀਸ਼ਨ ਚੱਲ ਰਿਹਾ ਹੈ ਜੇ ਇਨਵੈਸਟ ਨਹੀਂ ਕਰਨਗੇ ਤੇ ਹੋਰ ਪਿੱਛੇ ਚਲੇ ਜਾਣਗੇ ਪਰ ਮੈਨੂੰ ਜਿਹੜਾ ਇਸ ਨਾਲੋਂ ਵੀ ਜ਼ਿਆਦਾ ਇੰਟਰਸਟਿੰਗ ਕਮੈਂਟ ਲੱਗਾ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਰຸນ ਗਰੋਵਰ ਕਿਉਂਕਿ ਪੰਜਾਬ ਯੂਨੀਵਰਸਿਟੀ ਇਸ ਵਾਰ ਪਹਿਲਾਂ ਨਾਲੋਂ ਵੀ ਹੋਰ ਥੱਲੇ ਨੂੰ ਡਿੱਗ ਪਈ ਹੈ ਉਹਨੇ ਜਿਹੜਾ ਕਿਹਾ ਉਹਨੇ ਕਿਹਾ ਕਿ ਜੀ ਮੈਜੋਰਟੀ ਆਫ ਦਾ ਟਾਪ ਏਸ਼ੀਅਨ ਇੰਸਟੀਟਿਊਸ਼ਨਸ ਆ ਰਿਸਰਚ ਯੂਨੀਵਰਸਿਟੀਆਂ ਵੇਅਰ ਐਜ਼ ਵੀ ਇਨ ਇੰਡੀਆ ਡੋਨਟ ਕੇਅਰ ਅਬਾਊਟ ਰਿਸਰਚ ਕਿ ਦੁਨੀਆ 'ਚ ਜੋ ਰੈਂਕਿੰਗ ਹੁੰਦੀ ਹੈ ਰਿਸਰਚ ਦੇ ਉੱਤੇ ਉਹ ਸਾਨੂੰ ਦਾ ਕੋਈ ਪਰਵਾਹ ਹੀ ਨਹੀਂ does india have even one university offering a serious graduate program that offers an integrated masters with a phd in humanities sciences or technology ohne sawal pocha ke india ch ik vi university nahi hai jedi masters or phd da integrated program in a ten humanities science ya technology de vich offer kardi hoye ji instead of promoting research the center has slashed phd scholarships how can you then expect the system to improve ohne kehaya research da ki karani si phd nu vi aur ida jada concluding one part ke jide jo sabit hunda hai ke samritti iranni jdi utte bithai hai aur universities de vich jada rss da student wing hai akhil bharati vidyarthi parishad kivein ajj bharat di education nu ohne control kita hoya aur eh gal koi chota mota banda nahi keh reha hai ਪੰਜਾਬ ਯੂਨੀਵਰਸਿਟੀ ਦਾ ਸਿਟਿੰਗ ਵਾਈਸ ਚਾਂਸਲਰ ਕਹਿ ਰਿਹਾ ਹੈ ਜੀ ਔਰ ਉਹਦਾ ਕਮੈਂਟ ਹੈ ਉਹਦਾ ਪੰਜਾਬ ਯੂਨੀਵਰਸਿਟੀ ਸਲਿਪ ਗਰੋਵਰ ਸੈਡ ਹੀ ਐਜ਼ ਦਾ ਹੈਡ ਆਫ ਅ ਫਾਈਨ ਯੂਨੀਵਰਸਿਟੀ ਵਾਸ ਸਟਰਗਲਿੰਗ ਫਾਰ ਫੰਡਸ ਕਿ ਮੈਂ ਇੱਕ ਫਾਈਨ ਯੂਨੀਵਰਸਿਟੀ ਚ ਬੈਠਾ ਹਾਂ ਪਰ ਮੈਂ ਫੰਡਸ ਦੇ ਲਈ ਜਿਹੜਾ ਸੰਘਰਸ਼ ਕਰ ਰਿਹਾ ਹਾਂ ਲਾਸਟ ਈਅਰ ਵੀ ਗਾਟ ਰੁਪੀਸ 18 ਕਰੋੜ ਲੈਸ ਪਿਛਲੇ ਸਾਲ ਸਾਨੂੰ ਪਹਿਲਾਂ ਨਾਲੋਂ ਵੀ 18 ਕਰੋੜ ਘੱਟ ਮਿਲੇ This year the University Grants Commission hasn't released a rupee of the central grant because some Akhil Bharatiya Vidyarthi Parishad people have complained to the HRD ministry alleging misappropriation of finances by us. ਉਹਨੇ ਕਿਹਾ ਜੋ ਪਿਛਲੇ ਸਾਲ ਸਾਨੂੰ 18 ਕਰੋੜ ਕੱਟ ਦਿੱਤੇ ਸੀ। ਜੀ ਤੇ ਇਸ ਵਾਰ ਇਹ RSS ਵਿੰਗ Akhil Bharatiya Vidyarthi Parishad ਨੇ ਸ਼ਿਕਾਇਤ ਕੀਤੀ ਕਿ ਫੰਡਸ ਦੀ ਗਲਤ ਇਸਤੇਮਾਲ ਹੁੰਦਾ ਹੈ ਔਰ ਸਾਨੂੰ ਇੱਕ ਵੀ ਪੈਸਾ ਨਹੀਂ ਦਿੰਦਾ। my energies are now engaged in telling the central fact finding committee that we have done nothing wrong unna kehya jo hun mera zor is gal te lagge ke main centro de tarle kar re ha ke ji main kuch bhi galat nahi kita so eh bharat di tarakki education de hawale naal aur is to pehla ke is section nu main conclude kar aa assi tribute dena chande hai jada vi kade chandigarh gaya hai ਡੰਡੀਗਾਰਡ ਦੀਆਂ ਦੋ ਤਿੰਨ ਜਿਹੜੀਆਂ ਥਾਵਾਂ ਦੇਖਣ ਵਾਲੀਆਂ ਹੁੰਦੀਆਂ ਨੇ ਉਹਨਾਂ 'ਚ ਜ਼ਾਹਰ ਹੈ ਰੋਜ਼ ਗਾਰਡਨ ਜੀ ਔਰ ਦੂਸਰਾ ਰੌਕ ਗਾਰਡਨ ਹੁਣ ਬਿਸ਼ੱਕ ਇਹ ਨਾਮ ਤਾਂ ਇਸਟੈਬਲਿਸ਼ਮੈਂਟ 'ਚੋਂ ਹੀ ਆਇਆ ਹੁਣ ਰੌਕ ਰੋਜ਼ ਤਾਂ ਸਮਝ ਆਏ ਕਿ ਗੁਲਾਬ ਦੇ ਫੁੱਲ ਖਿੜੇ ਨੇ ਉਦੋਂ ਪਹਿਲੀ ਵਾਰ ਸੁਣੀਦਾ ਸੀ ਜੀ ਕਾਲਾ ਵੀ ਗੁਲਾਬ ਹੁੰਦਾ ਸਾਡੇ ਬਾਣੇ ਦਾ ਗੁਲਾਬ ਖਿੜਿਆ ਅਨੇ ਪੈਟਲਸ ਕ੍ਰਿਮਜ਼ਨ ਕਲਰ ਪਰ ਜਦੋਂ ਤੁਸੀਂ ਰੋਜ਼ ਗਾਰਡਨ ਜਾਂਦੇ ਹੋ ਫਿਰ ਤੁਸੀਂ ਹਾਊਜ਼ੈਂਡਸ ਆਫ ਵੈਰਾਈਟੀਆਂ ਆਫ ਰੋਜ਼ ਐਂਡ ਥੈਂਕਸ ਟੂ ਐਮ ਐਸ ਰੰਧਾਵਾ ਜਿਹਨੇ ਨਾ ਸਿਰਫ ਰੋਜ਼ ਗਾਰਡਨ ਬਣਾਇਆ ਜਦੋਂ ਅਸੀਂ ਰੌਕ ਗਾਰਡਨ ਦੀ ਗੱਲ ਕਰਦੇ ਹਾਂ ਇੱਥੇ ਰੌਕ ਗਾਰਡਨ ਤੇ ਨੀਕਚੰਦ ਜਿਹੜਾ ਉਹ ਇਸ ਕਿਸਮ ਦਾ ਹੀ ਨਾਂ ਨੇ ਜਿਵੇਂ ਕਿ ਤੁਸੀਂ ਭਾਵੇਂ ਨੀਕਚੰਦ ਕਹਿ ਦਿਓ ਤੇ ਰੌਕ ਗਾਰਡਨ ਸਾਹਮਣੇ ਆਏਗਾ ਰੌਕ ਗਾਰਡਨ ਕਹਿ ਦਿਓ ਤੇ ਜਿਹੜਾ ਨੀਕਚੰਦ ਸਾਹਮਣੇ ਆਏਗਾ ਰਜ਼ਾਰ ਹੈ ਮੈਂ ਸੋਚ ਰਿਹਾ ਸੀ ਜਦੋਂ ਅੱਜ 90 ਸਾਲ ਦੀ ਉਮਰ ਚ ਨੀਕ ਚੰਦ ਜਿਹੜੇ ਨੇ ਉਹਨਾਂ ਨੇ ਚੜ੍ਹਾਈ ਕੀਤੀ ਹੈ ਜੀ ਔਰ ਉਹਨਾਂ ਦਾ ਜਿਹੜਾ ਖਾਸ ਤੌਰ ਤੇ ਜਦੋਂ ਤੁਸੀਂ ਉਹ ਸਰੋਗ ਗਾਰਡਨ ਨੂੰ ਜਾਂਦੇ ਹੋ ਤੇ ਇੱਥੋਂ ਦੀ ਇੱਕ ਐਕਸਪ੍ਰੈਸ਼ਨ ਹੈ ਅੰਗਰੇਜ਼ੀ ਦੀ ਇਹ ਕਿਆ ਜਾਂਦਾ ਹੈ ਕਿ ਜੀ ਵਾਂਸ ਗਾਰਬੇਜ ਇਜ਼ ਅਦਰ ਮੈਨਸ ਟ੍ਰੈਜ਼ਰ ਟ੍ਰੈਜ਼ਰ ਜੀ ਕਿ ਬਈ ਨਹੀਂ ਨਾਟ ਦਿਸ ਗਾਰਬੇਜ ਵਾਂਸ ਜੰਕ ਵਨਸ ਜੰਕ ਇਜ਼ ਅਦਰ ਮੈਨਸ ਟ੍ਰੈਸ਼ਰ ਕਿ ਇੱਕ ਬੰਦਾ ਜਾਂ ਇੱਕ ਵਿਅਕਤੀ ਜਿਹੜਾ ਉਹਦੇ ਲਈ ਜੰਕ ਹੈ ਉਹਨੇ ਬਣਾ ਕੇ ਸੁੱਟ ਦਿੱਤਾ ਹੈ ਉਹ ਦੂਸਰੇ ਦੇ ਲਈ ਖਜ਼ਾਨਾ ਹੋ ਸਕਦਾ ਹੈ ਜੀ ਜੀ ਸੋ ਮੈਂ ਸਮਝਦਾ ਵੀ ਜ਼ਾਹਰ ਹੈ ਕਿ ਰੌਕ ਗਾਰਡਨ ਚ ਜਾ ਕੇ ਤੁਸੀਂ ਦੇਖਦੇ ਹੋ ਕਿ ਕਿਵੇਂ ਇਸ ਮਨੁੱਖ ਨੇ ਜਿਹੜਾ ਮਨੁੱਖ ਨੇ ਆਪਣਾ ਕੈਰੀਅਰ ਇੱਕ ਰੋਡ ਇਨਸਪੈਕਟਰ ਦੇ ਤੌਰ ਤੇ ਸ਼ੁਰੂ ਕੀਤਾ ਪੀਡਬਲਿਊਡੀ ਦੇ ਵਿੱਚ ਸ਼ਕਰਗੜ ਜਿਹੜਾ ਕਦੇ ਡਿਸਟ੍ਰਿਕਟ ਗੁਰਦਾਸਪੁਰ ਦੀ ਤਹਿਸੀਲ ਹੁੰਦੀ ਸੀ ਹੁਣ ਪਾਕਿਸਤਾਨ ਦਾ ਹਿੱਸਾ ਹੈ ਉੱਥੇ ਉਹਦਾ ਜਨਮ ਹੋਇਆ ਔਰ ਜਦੋਂ ਉਹ ਇੱਕ ਰੋਡ ਇਨਸਪੈਕਟਰ ਦੇ ਨਾਤੇ ਸਾਰੇ ਏਰੀਆ ਦੇ ਵਿੱਚ ਘੁੰਮਦਾ ਵਿਚਰਦਾ ਨੌਕਰੀ ਦੇ ਹਵਾਲੇ ਨਾਲ ਤੇ ਹਰ ਇੱਕ ਦੀ ਹੁਣ ਜਦੋਂ ਇੱਕ ਹੋਰ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਕਹੀ ਜਾਂਦੀ ਹੈ ਕਿ ਬਿਊਟੀ ਲਾਈਜ਼ ਇਨ ਦਾ ਬੀਹੋਲਡਰਸ ਆਈਸ ਕੀ ਖੂਬਸੂਰਤ ਹੈ ਕੋਈ ਕਾਲਾ ਚਿੱਟਾ ਹਰਾ ਪੀਲਾ ਤਾਂ ਕੋਈ ਖੂਬਸੂਰਤ ਨਹੀਂ ਹੁੰਦਾ ਖੂਬਸੂਰਤੀ ਤੁਹਾਡੀਆਂ ਅੰਦਰੂਨੀ ਅੱਖਾਂ 'ਚ ਹੁੰਦੀ ਹੈ ਮਨ ਦੀਆਂ ਅੱਖਾਂ 'ਚ ਹੁੰਦੀ ਹੈ ਕਿਹੜੀ ਚੀਜ਼ ਤੁਹਾਨੂੰ ਸੋਹਣੀ ਲੱਗਦੀ ਸੋ ਜਿਵੇਂ ਨੇਕ ਚੰਦ ਨੇ ਇਹਨੇ ਜਦੋਂ ਪੱਥਰਾਂ ਵੱਲ ਦੇਖਣਾ ਟੁੱਟੀਆਂ ਚੀਜ਼ਾਂ ਵੱਲ ਦੇਖਣਾ ਜਾਂ ਦੂਜਾ ਉਹਨੂੰ ਲੱਗਣਾ ਵੀ ਇਹ ਵੇਸਟ ਹੈ ਇਹਨੂੰ ਜੰਕ ਬਣਾ ਇਹ ਜੰਕ ਸਮਝਿਆ ਜਾਂਦਾ ਹੈ ਜਾਂ ਐਵੇਂ ਪੱਥਰ ਨਹੀਂ ਇਨਾਂ ਦੇ ਵਿੱਚ ਤਾਂ ਬਹੁਤ ਖੂਬਸੂਰਤੀ ਹੈ ਉਹਨੂੰ ਹਰ ਪੱਥਰ ਲੱਗਦਾ ਸੀ ਕਿ ਉਹਦੇ ਵਿੱਚ ਇੱਕ ਲਾਈਫ ਥਰੋਬ ਹੁੰਦੀ ਹੈ ਜੀ ਔਰ ਇਹ ਗੱਲ ਮੈਂ ਸਮਝਦਾ ਹਾਂ ਵੀ ਜਦੋਂ ਅਸੀਂ ਅਧਿਆਤਮ ਦੀ ਦੁਨੀਆ ਵਿੱਚ ਜੜ ਤੇ ਚੇਤਨ ਦੀ ਗੱਲ ਕਰਦੇ ਕਿ ਲਿਵਿੰਗ ਜਾਂ ਨਾਨ ਲਿਵਿੰਗ ਅੰਗਰੇਜ਼ੀ ਚ ਕਹਿੰਦੇ ਨੇ ਕਿ ਰੱਬ ਜਿਹੜਾ ਹੈ ਉਹ ਜੜ 'ਚ ਵੀ ਹੈ ਚੇਤਨ 'ਚ ਵੀ ਹੈ ਔਰ ਜਦੋਂ ਅਸੀਂ ਈਵਨ ਪਾਣੀ ਦੇ ਹਵਾਲੇ ਨਾਲ ਵੀ ਗੱਲ ਕਰਦੇ ਹਾਂ ਕਿ ਪਾਣੀ ਲਾਈਫ ਹੈ ਜੀ ਹੁਣ ਗੁਰੂ ਨਾਨਕ ਸਾਹਿਬ ਨੂੰ ਪਾਣੀ 'ਚ ਜ਼ਿੰਦਗੀ ਨਜ਼ਰ ਆਉਂਦੀ ਹੈ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਕਿ ਉਹ ਤਾਂ ਲਾਈਫ ਦੇਣ ਵਾਲਾ ਸੋ ਇਸੇ ਤਰ੍ਹਾਂ ਜਿਹੜੇ ਰੱਬ ਦੀ ਹੋਂਦ ਨੂੰ ਨਿਰੰਕਾਰ ਦੀ ਹੋਂਦ ਨੂੰ ਜੜ ਦੇ ਵਿੱਚ ਵੀ ਦੇਖਦੇ ਨੇ ਜੜ ਜਿਹੜੀ ਹੈ ਪੱਥਰ ਜਾਂ ਨੌਨ ਲਿਵਿੰਗ ਹੈ ਜੀ ਹੁਣ ਉਹਨਾਂ ਨੇਕ ਚੰਦ ਨੂੰ ਉਸ ਜੜ ਚੋਂ ਵੀ ਖੂਬਸੂਰਤੀ ਨਜ਼ਰ ਆਈ ਉਸ ਜੜ ਚੋਂ ਵੀ ਉਸ ਨੂੰ ਪੱਥਰ ਵੀ ਬੋਲਦੇ ਨਜ਼ਰ ਆਏ ਉਹਨੇ ਆਪਣੇ ਮੁੱਢਲੇ ਦਿਨਾਂ ਦੇ ਵਿੱਚ ਆਪਣੀ ਪਿੱਠ ਦੇ ਉੱਤੇ ਜਾਂ ਸਾਈਕਲ ਦੇ ਉੱਤੇ ਟੋ ਟੋ ਕੇ ਜਿਹੜੇ ਵੀ ਉਹਨੇ ਛੋਟੇ-ਛੋਟੇ ਵੱਟੇ ਵੱਡੇ ਉਹਨਾਂ ਨੂੰ ਉਹਨੇ ਇੱਕ ਐਂਗਲ ਤੇ ਸੈੱਟ ਕਰਨਾ ਫਿਰ ਉਹਨੂੰ ਇੱਕ ਐਂਗਲ ਤੋਂ ਫਿਰ ਦੇਖਣਾ ਤੇ ਉਹਨੂੰ ਲੱਗਣਾ ਵੀ ਇਹ ਤਾਂ ਗੱਲਾਂ ਕਰ ਰਹੇ ਨੇ ਇਹ ਤਾਂ ਬੋਲ ਰਹੇ ਨੇ ਔਰ ਦਰਸ਼ਕ ਦੇਖ ਰਹੇ ਨੇ ਸਕਰੀਨ ਦੇ ਉੱਤੇ ਇਹ ਰੌਕ ਗਾਰਡਨ ਦੀ ਬਿਊਟੀ ਕੀ ਹੈ ਜੀ ਔਰ ਓਵਰ ਅ ਪੀਰੀਅਡ ਆਫ ਟਾਈਮ ਉਹਨੇ ਹਾਲਾਂਕਿ ਇਨੀਸ਼ially ਮੈਨੇਜਮੈਂਟ ਨੇ ਉਹਨੂੰ ਲੈਵਲ ਕਰਨ ਦੀ ਕੋਸ਼ਿਸ਼ ਕੀਤੀ ਫਿਰ ਕੋਈ ਹੋਰ ਹੋਇਆ ਪਰ ਅਲਟੀਮੇਟਲੀ ਉਸ ਦੀ ਉਸ ਮਿਹਨਤ ਨੂੰ ਉਸ ਦੀ ਉਸ ਖੂਬਸੂਰਤੀ ਨੂੰ ਉਸ ਦੀ ਉਸ ਕਲਾ ਨੂੰ ਦੁਨੀਆ ਨੇ ਰੈਕਗਨਾਈਜ਼ ਕੀਤਾ ਦੁਨੀਆ ਦੇ ਕਿੰਨੇ ਅਵਾਰਡ ਔਰ ਅੱਜ ਜਦੋਂ ਮੈਂ ਦੇਖ ਰਿਹਾ ਸੀ ਕਿ ਵੀ ਉਹ ਜਿਹੜਾ ਰੌਕ ਗਾਰਡਨ ਬਿਸ਼ੱਕ ਐਡਮਿਨਿਸਟ੍ਰੇਸ਼ਨ ਨੇ ਬਾਅਦ ਉਹਦੇ ਚ ਹੋਰ ਵੀ ਇੰਪਰੂਵਮੈਂਟਸ ਕੀਤੀਆਂ ਨੇ ਬਹੁਤ ਸਾਰੇ ਪਰ ਅਲਟੀਮੇਟਲੀ ਜਿਹੜੀ ਕਲਾ ਹੈ 90 ਸਾਲ ਦੇ ਹੋ ਕੇ ਅਖੀਰ ਤੱਕ ਅਜੇ ਦਸੰਬਰ ਦੇ ਵਿੱਚ ਉਹਦਾ ਲਾਸਟ ਬਰਥਡੇ ਸੀ ਜਦੋਂ ਕਿ ਉਹਨੂੰ 40 ਸਾਲ ਜਿਹੜੀ ਹੈ ਹੋ ਗਏ ਨੇ ਰੌਕ ਗਾਰਡਨ ਨੂੰ ਬਣਿਆ ਉਸ ਤੇ ਲਈ ਆਨਰ ਕੀਤਾ ਗਿਆ ਉਹ ਕੱਲੇ-ਕੱਲੇ ਪੱਥਰ ਦੇ ਕੋਲ ਜਾ ਕੇ ਫਿਰ ਗੱਲ ਪੱਥਰਾਂ ਤੱਕ ਨਹੀਂ ਰਹੀ ਫਿਰ ਟੁੱਟੇ ਭੱਜੇ ਸ਼ੀਸ਼ਿਆਂ ਤੋਂ ਟੁੱਟੀਆਂ ਭੱਜੀਆਂ ਹੋਰ ਚੀਜ਼ਾਂ ਜਿਹੜਾ ਜੰਕ ਕਰਕੇ ਉਹ ਹੀ ਇਕੱਠਾ ਕਰਦਾ ਸੀ ਉਹਨਾਂ ਨੂੰ ਕੈਂਗਲ ਤੇ ਖੜਾ ਕਰਕੇ ਉਹਨਾਂ ਨੂੰ ਬੋਲਣ ਲਾ ਦਿੰਦਾ ਸੀ ਔਰ ਮੈਨੂੰ ਯਾਦ ਹੈ ਕਿ ਜਦੋਂ ਮੈਂ ਰੌਕ ਗਾਰਡਨ ਚ ਜਾਂਦਾ ਰਿਹਾ ਤੇ ਸੱਚਮੁੱਚੀ ਤੁਸੀਂ ਜੇ अर्ਲੀ ਆਵਰਸ ਚ ਜਾਂਦੇ ਹੋ ਜਾਂ ਜਦੋਂ ਉੱਥੇ ਬਹੁਤਾ ਰਸ਼ ਨਹੀਂ ਹੁੰਦਾ ਹਾਂ ਤਾਂ ਇੱਕ ਸਾਲ ਚ 2.5 ਲੱਖ ਲੋਕ ਉੱਥੇ ਆਂਦੇ ਨੇ ਜੀ ਔਰ ਲਗਭਗ 2 ਕਰੋੜ ਤੋਂ ਕੋਈ ਟਿਕਟ ਰੱਖੀ ਹੈ ਲਗਭਗ 2 ਕਰੋੜ ਦਾ ਰੈਵਨਿਊ ਜਨਰੇਟ ਹੁੰਦਾ ਹੈ ਪਰ ਮੈਂ ਉਹਨਾਂ ਦਿਨਾਂ ਦੀ ਗੱਲ ਕਰਦਾ ਜਦੋਂ ਅਜੇ ਥੋੜੇ ਬਹੁਤ ਤੁਹਾਡੇ ਕੋਲ ਕੁਆਇਟ ਪਲ ਵੀ ਸੀ ਅਜ ਤੋਂ 30 ਸਾਲ ਪਹਿਲਾਂ ਜੀ ਔਰ ਫਿਰ ਤੁਸੀਂ ਦੇਖਦੇ ਹੋ ਕਿ ਸੱਚਮੁੱਚ ਜਿਵੇਂ ਕਦੇ ਇਕਾਂਤ ਚ ਜੰਗਲ ਚ ਚਰਨਿਆਂ ਦੇ ਕੰਡੇ ਕਿਤੇ ਹੋਰ ਕੁਦਰਤੀ ਨਜ਼ਾਰਿਆਂ ਚ ਤੁਸੀਂ ਦਰਖਤਾਂ ਨਾਲ ਗੱਲਾਂ ਕਰਦੇ ਹੋ ਤੁਸੀਂ ਉਹਨਾਂ ਨੂੰ ਬੋਲਦੇ ਸੁਣਦੇ ਹੋ ਤੁਹਾਨੂੰ ਲੱਗਦਾ ਹੈ ਵੀ ਸਾਰੀ ਨੇਚਰ ਹੀ ਤੁਹਾਡੇ ਨਾਲ ਕਮਿਊਨੀਕੇਟ ਕਰ ਰਹੀ ਹੈ ਸੋ ਉੱਥੇ ਉਹ ਜਿਹੜਾ ਜੜ ਵਸਤੂਆਂ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਨੇਕਚੰਦ ਦੀ ਪਾਰਕੂ ਆਖ ਪਾਰਖੂ ਅੱਖ ਨੇ ਉਹਦੀ ਕਲਾਕਾਰ ਅੱਖ ਨੇ ਉਹਦੀ ਉਸ ਅੰਦਰੂਨੀ ਅੱਖ ਨੇ ਉਹਨਾਂ ਨੂੰ ਸ਼ਿੰਗਾਰਿਆ ਕਿ ਉਹ ਸਾਰੇ ਇੱਕ ਦੂਜੇ ਨਾਲ ਗੱਲਾਂ ਕਰਦੇ ਲੱਗਦੇ ਨੇ ਤੁਹਾਨੂੰ ਲੱਗਦਾ ਹੀ ਨਹੀਂ ਹੈ ਕਿ ਤੁਸੀਂ ਕਿਸੇ ਜੜ ਥਾਂ ਤੋਂ ਲੱਗਦਾ ਹੈ ਕਿ ਤੁਸੀਂ ਜਿਉਂਦੇ ਜਾਗਦੇਆਂ ਦੇ ਵਿੱਚ ਵਿਚਰ ਰਹੇ ਹੋ ਜੀ ਔਰ ਇਸ ਲਈ ਬੇਸ਼ੱਕ ਉਹਨਾਂ ਨੂੰ ਜਿਹੜਾ ਉਹ ਦੂਜੇ ਅਵਾਰਡ ਵੀ ਪਦਮਸ਼ਰੀ ਇਹ ਉਹ ਪਰ ਮੈਂ ਇਹ ਸਮਝਦਾ ਇਹ ਤਾਂ ਇਹਨਾਂ ਦੀ ਡਰਾਮੇਬਾਜ਼ੀ ਹੁੰਦੀ ਹੈ ਔਰ ਮੈਂ ਅੱਜ ਉਹ ਮਨੁੱਖ ਜਨੇ ਸੱਚਮੁੱਚ ਦੱਸਿਆ ਕਿ ਕੋਈ ਚੀਜ਼ ਜੰਕ ਨਹੀਂ ਹੁੰਦੀ ਕੋਈ ਚੀਜ਼ ਨਾ ਕਮੀ ਨਹੀਂ ਹੁੰਦੀ ਔਰ ਹਰ ਇੱਕ ਚ ਉਸ ਅਕਾਲਪੁਰਖ ਦੀ ਖੂਬਸੂਰਤੀ ਹੈ ਹਰ ਇੱਕ ਚ ਬਸ਼ਰਤੇ ਕਿ ਸਾਡੇ ਅੰਦਰ ਉਹ ਅੱਖ ਹੋਏ ਜਿਹੜੀ ਉਸ ਖੂਬਸੂਰਤੀ ਨੂੰ ਦੇਖ ਸਕੇ ਔਰ ਇਸ ਲਈ ਕਿਸੇ ਨੇ ਜਦੋਂ ਨੇਕ ਚੰਦ ਉਹ ਦਾ ਨਾਂ ਰੱਖਿਆ ਉਹਨਾਂ ਨੇ ਕਿਹਾ ਜੀ ਨੇਕ ਚੰਦ ਉਹਨੇ ਕਿਹਾ ਕਿ ਜੀ ਮੂਨ ਆਫ ਵਰਚੂ ਜੀ ਉਹ ਚੰ드ਰਮਾ ਮੂਨ ਨੂੰ ਕਹਿੰਦੇ ਨੇ ਨੇਕ ਜਿਹੜਾ ਉਹ ਵਰਚੂ ਨੂੰ ਕਹਿੰਦੇ ਨੇ ਉਹ ਕਹਿੰਦੇ ਨੇ ਵੀ ਨਹੀਂ ਹੀ ਇਸ ਨਾਟ ਨੇਕ ਚੰਦ ਹੀ ਇਜ਼ ਐਕਚੁਅਲੀ ਦਾ ਮੂਨ ਆਫ ਵਰਚੂ ਜੀ ਸੋ ਅਸੀਂ ਨੇਕ ਚੰਦ ਨੂੰ ਜਿਹੜਾ ਕਿ ਅੱਜ ਇਸ ਦੁਨੀਆ ਤੋਂ ਚਲਾ ਗਿਆ ਇੱਕ ਖੂਬਸੂਰਤ ਇਨਸਾਨ ਔਰ ਮੈਂ ਸਮਝਦਾ ਹਾਂ ਕਿ 7 ਬਿਲੀਅਨ ਲੋਕ ਇਸ ਧਰਤੀ ਤੇ ਰਹਿੰਦੇ ਨੇ ਕਿੰਨੇ ਆਖ ਨੂੰ ਇਹ ਫਿਕਰ ਹੁੰਦਾ ਹੈ ਕਿ ਜਦੋਂ ਇਸ ਦੁਨੀਆ ਤੋਂ ਜਾਣ ਉਹਨਾਂ ਦਾ ਉਹ ਦੁਨੀਆ ਨੂੰ ਹੋਰ ਜ਼ਿਆਦਾ ਖੂਬਸੂਰਤ ਬਣਾ ਸਕਣ ਉਹਨਾਂ ਦੇ ਜਾਣ ਤੋਂ ਬਾਅਦ ਦੁਨੀਆ ਨੂੰ ਲੱਗੇ ਕਿ ਭਾਈ ਇੱਥੇ ਇੱਕ ਇਨਸਾਨ ਸੀ ਜਿਨੇ ਖੁਸ਼ੀ ਵੰਡੀ ਜਿਨੇ ਸਮਾਈਲ ਵੰਡੀ ਔਰ ਮੈਨੂੰ ਵੀ 1 ਟੂ 1 ਵੀ ਮਿਲਣ ਦਾ ਮੌਕਾ ਮਿਲਿਆ ਨੇਕ ਚੰਦ ਨਾਲ ਸੱਚ ਐਨ ਹੰਬਲ ਮੈਨ ਜੀ ਔਰ ਮੈਂ ਬਹੁਤ ਵਾਰ ਦੇਖਦਾ ਹਾਂ ਵੀ ਗੁਰਬਾਣੀ ਨੇ ਕ੍ਰਾਈਟੇਰੀਆ ਦਿੱਤੇ ਨੇ ਵੱਡੇ ਮਨੁੱਖਾਂ ਦੇ ਜਿਵੇਂ ਗੁਰਬਾਣੀ ਸਾਨੂੰ ਯਾਦ ਕਰਾਉਂਦੀ ਹੈ ਕਿ ਆਪਸ ਕੋ ਜੋ ਜਾਣੈ ਨੀਚਾ ਸਉ ਗਣੀਏ ਸਭ ਤੇ ਉੱਚਾ ਹਿਊਮਿਲਟੀ ਜੀ ਔਰ ਇਹ ਹਿਊਮਿਲਟੀ ਜਿਹੜੀ ਹੈ ਜਿਸ ਨੂੰ ਗੁਰੂ ਸਾਹਿਬ ਨੇ ਤਾਰ ਤਰ ਆਜੂ ਤੋਲੀ ਹੈ ਨਵੇਂ ਸੂ ਗੋਰਾ ਹੋਏ ਕਿ ਉਹ ਭਾਰਾ ਹੁੰਦਾ ਜਿਹਦੇ ਚ ਨਿਮਰਤਾ ਹੁੰਦੀ ਹੈ ਉਸੇ ਤਰ੍ਹਾਂ ਦਾ ਉਹਦਾ ਸਧਾਰਨ ਪੈਰਾਵਾ ਹਰ ਆਏ ਗਏ ਨੂੰ ਉਸੇ ਹੀ ਬਿਨੈਨ ਸਮਾਈਲ ਦੇ ਨਾਲ ਮਿਲਣਾ ਉਹੀ ਗੁਫ਼ਤਗੂ ਪਰ ਨਿਗਾਹ ਦੇ ਵਿੱਚ ਉਹੀ ਚਾਰਜ ਫੇਰ ਆ ਜਿਹੜਾ ਕਿ ਜਿਵੇਂ ਕਦੇ ਮੈਂ ਭਗਤ ਪੂਰਨ ਸਿੰਘ ਹੋਰਾਂ ਨੂੰ ਦੇਖਿਆ ਸੀ ਪੰਗਲਵਾੜੇ ਵਾਲਿਆਂ ਨੂੰ ਜਿੰਨੇ ਮਰਜ਼ੀ ਉਹ ਵੱਡੇ ਉਹਨਾਂ ਨੂੰ ਰੈਕਗਨਿਸ਼ਨ ਮਿਲੀ ਫਿਰ ਵੀ ਉਹਨਾਂ ਦੇ ਕੋਲ ਬਾਲਟਾ ਕੋਲ ਹੁੰਦਾ ਸੀ ਤੁਰੇ ਜਾਂਦੇ ਕਿਤੇ ਕੱਚ ਪਿਆ ਕਿਤੇ ਕੋਈ ਚੀਜ਼ ਪਈ ਹੈ ਉਹ ਉਹਦੇ ਚ ਉਹਨਾਂ ਨੇ ਪਾਈ ਜਾਣੀ ਤਾਂ ਕਿ ਜਿਹੜਾ এনवायरमेंट ਸਾਫ਼ ਰਹੇ ਔਰ ਮੈਂ ਸਮਝਦੇ ਹਾਂ ਕਿ ਅਸੀਂ ਅੱਜ ਇਸ ਨੇਕ ਇਨਸਾਨ ਨੂੰ ਯਾਦ ਕਰ ਰਹੇ ਹਾਂ ਔਰ ਇਹ ਇਹੋ ਜਿਹੀ ਜਿਹੜੀ ਸੋਚ ਵਾਲੇ ਇਸ ਦੁਨੀਆ ਚਾਏ ਲੋਕ ਨੇ ਉਹ ਇਨਸਾਨੀਅਤ ਨੂੰ ਜਿਹੜਾ ਕੁਝ ਦੇਖੇ ਜਾਂਦੇ ਨੇ ਉਹ ਸਾਡੇ ਲਈ ਰੋਲ ਮਾਡਲ ਨੇ ਜੀ ਰੋਲ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਣਾ ਲੈਣੇ ਆ ਬ੍ਰੇਕ ਈਵਰਸ ਵਿਚਾਰਾਂ ਦਾ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਆਫਟਰ ਦੇ ਸ਼ਾਰਟ ਬ੍ਰੇਕ